ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਅੰਮ੍ਰਿਤ ਦੇ ਹਾਦਸਾ ਉਹ ਦੁਰਘਟਨਾ ਹੈ ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਸ਼ਾਇਦ ਉਸ ਹਾਦਸੇ ਤੋਂ ਨਾ ਤਾਂ ਪ੍ਰਸ਼ਾਸਨ ਨੇ ਕੋਈ ਸਬਕ ਲਿਆ ਅਤੇ ਨਾ ਹੀ ਸਿਆਸੀ ਆਗੂਆਂ ਨੇ ਦੱਸਿਆ ਜਾ ਰਿਹਾ ਕਿ ਰੇਲਵੇ ਲਾਈਨਾਂ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਮਾਗਮ ਚੱਲ ਰਿਹਾ ਸੀ ਸਿਰਫ ਸਿੱਧੂ ਹੀ ਨਹੀਂ ਉਹਨਾਂ ਨਾਲ ਸ਼ਾਸਨ ਮੈਂਬਰ ਗੁਰਜੀਤ ਔਜਲਾ ਕੈਬਨਿਟ ਮੰਤਰੀ ਓਪੀ ਸੋਨੀ ਰਾਜਕੁਮਾਰ ਵੇਰਕਾ ਵਿਧਾਇਕ ਇੰਦਰਵੀਰ ਬੁਲਾਰੀਆ ਤੋਂ ਇਲਾਵਾ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਹਾਜ਼ਰ ਹਨ ਪਰ ਸ਼ਾਇਦ ਕਿਸੇ ਨੇ ਵੀ ਅਜਿਹੀ ਖਤਰਨਾਕ ਥਾਂ ਤੇ ਸਮਾਗਮ ਕਰਵਾਏ ਜਾਣ ਤੇ ਇਤਰਾਜ਼ ਨਹੀਂ ਜਿਤਾਇਆ ਹਾਲਾਂਕਿ ਰੇਲਵੇ ਕਰੋਸਿੰਗ ਤੋਂ ਅਹਿਤਿਆਤ ਵਜੋਂ ਪੁਲਿਸ ਮੁਲਾਜ਼ਮ ਤਾਇਨਾਤ ਹਨ ਅਤੇ ਫਾਟਕ ਵੀ ਬੰਦ ਹੈ ਪਰ ਲੋਕ ਫਾਟਕ ਦੇ ਇਸ ਪਾਰ ਵੀ ਖੜੇ ਹਨ ਹੋਰ ਤਾਂ ਹੋਰ ਜਦ ਨਵਜੋਤ ਸਿੱਧੂ ਪ੍ਰੈਸ ਨੂੰ ਸੰਬੋਧਨ ਕਰ ਰਹੇ ਸਨ ਤਾਂ ਉੱਥੋਂ ਹੀ ਟ੍ਰੇਨ ਵੀ ਲੰਘੀ ਜਿਸ ਦੀ ਆਵਾਜ਼ ਵੀ ਸਾਫ਼ ਸੁਣਾਈ ਦੇ ਰਹੀ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਦੁਸ਼ਹਿਰੇ ਵਾਲੇ ਦਿਨ ਜਦੋਂ ਟ੍ਰੇਨ ਹਾਦਸਾ ਵਾਪਰਿਆ ਸੀ ਉਦੋਂ ਵੀ ਰੇਲਵੇ ਲਾਈਨਾਂ ਦੇ ਕੋਲ ਵੀ ਰਾਵਣ ਦਹਿਨ ਦਾ ਪ੍ਰੋਗਰਾਮ ਚੱਲ ਰਿਹਾ ਸੀ ਇਸ ਸਮਾਗਮ ਵਿੱਚ ਵੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਹੀ ਮੁੱਖ ਮਹਿਮਾਨ ਸਨ ਅਤੇ ਅੱਜ ਵੀ ਨਵਜੋਤ ਸਿੱਧੂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹਨ ਭਾਵੇਂ ਅੱਜ ਸਥਾਨ ਉਹੀ ਨਹੀਂ ਪਰ ਹਾਲਾਤ ਉਸ ਤੋਂ ਵੱਖਰੇ ਵੀ ਨਹੀਂ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਰ ਵਾਰ ਸਮਾਗਮਾਂ ਲਈ ਅਜਿਹੀਆਂ ਥਾਵਾਂ ਹੀ ਕਿਉਂ ਲੱਭਦੀਆਂ ਹਨ ਜਿਹੜਾ ਪੀਣ ਦਾ ਪਾਣੀ ਸੀਗਾ ਉਹ ਅਸੀਂ UBDC ਕਨਾਲ ਤੋਂ ਪਾਣੀ ਲਿਆ ਕੇ ਸ਼ਹਿਰ ਵਾਸੀਆਂ ਨੂੰ ਪੀਣ ਦੇ ਵਾਸਤੇ ਦੇ ਰਹੇ ਹਾਂ ਔਰ ਉਹ ਟੋਟਲ 1300 ਕਰੋੜ ਰੁਪਈਏ ਦਾ ਪ੍ਰੋਜੈਕਟ ਹੈ ਉਹਦੇ ਸਾਰੇ ਕੰਮ ਹੋ ਚੁੱਕੇ ਹੈ ਗੌਰਮੈਂਟ ਆਫ ਇੰਡੀਆ ਨੇ ਫਾਈਨੈਂਸ ਨੇ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼